ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਤੇਜਪਾਲ ਸਿੰਘ ਕਪੂਰਥਲਾ। ਦੋਸਤੋ, ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਆਡੀਓ ਘੁੰਮ ਰਹੀ ਹੈ, ਮੈਨੂੰ ਸੁਣਨ ਨੂੰ ਮਿਲੀ। ਉਹ ਆਡੀਓ ਜਲੰਧਰ ਦੇ ਕਿਸੇ ਹਸਪਤਾਲ ਨਾਲ ਸੰਬੰਧਿਤ ਉਹ ਸਾਰੀ ਘਟਨਾ ਹੈ। ਜਿਸ ਦੋਸਤ ਨੇ ਆਡੀਓ ਸ਼ੇਅਰ ਕੀਤੀ ਹੈ, ਉਹ ਆਪਣੇ ਕਿਸੇ ਰਿਸ਼ਤੇਦਾਰ ਬੱਚੇ ਨੂੰ ਲੈ ਕੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਜਾਂਦਾ। ਉਹ ਡਾਕਟਰ ਉਹਨਾਂ ਨੂੰ ਰੈਫਰ ਕਰਦਾ ਹੈ ਕਿਸੇ ਹਸਪਤਾਲ ਦੇ ਵਿੱਚ, ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਉਸ ਬੱਚੇ ਨੂੰ ਦਾਖਲ ਕਰਾਉਣ ਲਈ। ਇਹ ਕਿਹਾ ਜਾਂਦਾ ਕਿ ਇਹਦੇ ਸੈੱਲ ਘਟ ਗਏ ਨੇ। ਅਤੇ ਵਿਅਕਤੀ ਜਦੋਂ ਉਸ ਹਸਪਤਾਲ ਦੇ ਵਿੱਚ ਬੱਚੇ ਨੂੰ ਲੈ ਕੇ ਜਾਂਦਾ ਹੈ, ਤਾਂ ਉਸ ਹਸਪਤਾਲ ਦੇ ਮਾਲਕ ਡਾਕਟਰ ਨਾਲ ਉਹਦੀ ਗੱਲ ਹੁੰਦੀ ਹੈ ਫੋਨ 'ਤੇ, ਤਾਂ ਉਹ ਕਹਿੰਦਾ ਕਿ ਤੁਸੀਂ ਦਾਖਲ ਕਰਾਓ, ਮੈਂ ਕੁਛ ਸਮੇਂ ਦੇ ਵਿੱਚ ਆ ਰਿਹਾ। ਇਨ ਬਿਟਵੀਨ ਐਡਮਿਸ਼ਨ ਦੇ ਦੌਰਾਨ, ਬੱਚੇ ਨੂੰ ਦਾਖਲ ਕਰਨ ਦੇ ਦੌਰਾਨ, ਉਹ ਕਿਸੇ ਜੂਨੀਅਰ ਡਾਕਟਰ ਨੂੰ ਰਿਪੋਰਟ ਦਿਖਾਉਂਦਾ ਅਤੇ ਉਹਨੂੰ ਪੁੱਛਦਾ ਕਿ ਦੇਖੋ ਜਰਾ ਕੀ ਪ੍ਰੋਬਲਮ ਹੈ। ਤਾਂ ਉਹ ਜੂਨੀਅਰ ਡਾਕਟਰ ਸੱਚ ਬੋਲ ਦਿੰਦਾ ਕਿ ਸੈੱਲ ਤਾਂ ਠੀਕ ਨੇ, ਇਹਦੇ ਪਲੇਟਲੈਟਸ ਠੀਕ ਨੇ, ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਬੱਚੇ ਨੂੰ। ਅਤੇ ਉਹ ਵਿਅਕਤੀ ਦੁਬਾਰਾ ਉਸ ਹਸਪਤਾਲ ਦੇ ਮਾਲਕ ਨੂੰ ਫੋਨ ਕਰਦਾ ਕਿ ਡਾਕਟਰ ਸਾਹਿਬ, ਤੁਹਾਡੇ ਡਾਕਟਰ ਕਹਿ ਰਹੇ ਨੇ ਕਿ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਕੋਈ ਤਕਲੀਫ ਨਹੀਂ ਹੈ, ਮੈਂ ਇਸ ਬੱਚੇ ਨੂੰ ਲੈ ਜਾ ਘਰ। ਅਤੇ ਉਹ ਡਾਕਟਰ ਉਸ ਯੂਨੀਅਰ ਡਾਕਟਰ ਨਾਲ ਗੱਲ ਕਰਨ ਦੀ ਇੱਛਾ ਪ੍ਰਗਟ ਕਰਦਾ, ਤਾਂ ਉਹ ਆਪਣੇ ਫੋਨ ਤੋਂ ਉਹਨਾਂ ਡਾਕਟਰ ਦੀ ਆਪਸ 'ਚ ਗੱਲ ਕਰਵਾ ਦਿੰਦਾ। ਫਿਰ ਅਚਾਨਕ ਉਹਨੂੰ ਯਾਦ ਆਉਂਦਾ ਕਿ ਮੇਰੇ ਮੋਬਾਈਲ 'ਤੇ ਰਿਕਾਰਡਿੰਗ ਔਨ ਹੈ, ਅਤੇ ਮੈਂ ਸੁਣਾਂ ਤਾਂ ਸਹੀ ਇਹਨਾਂ ਦੀ ਆਪਸ 'ਚ ਗੱਲ ਕੀ ਹੋਈ ਹੈ। ਬੜੀ ਹੈਰਾਨ ਕਰਨ ਵਾਲੀ ਉਹ ਗੱਲਬਾਤ ਹੈ, ਉਹ ਆਡੀਓ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਹੈ। ਉਹ ਮਾਲਕ ਹੈ ਜੋ ਹਸਪਤਾਲ ਦਾ ਡਾਕਟਰ, ਉਹ ਆਪਣੇ ਜੂਨੀਅਰ ਡਾਕਟਰ ਨੂੰ ਝਾੜ ਪਾ ਰਿਹਾ, ਉਹਨੂੰ ਗੁੱਸੇ ਹੋ ਰਿਹਾ ਕਿ ਜਦੋਂ ਫਲਾਣੇ ਡਾਕਟਰ ਨੇ ਰੈਫਰ ਕੀਤਾ ਪੇਸ਼ੈਂਟ, ਅਤੇ ਤੂੰ ਕੌਣ ਹੁੰਦਾ ਇਹ ਕਹਿਣ ਵਾਲਾ ਕਿ ਸਭ ਠੀਕ ਹੈ। ਤੂੰ ਸਿਰਫ ਇਹ ਕਰ ਵੀ ਬੱਚੇ ਨੂੰ ਦਾਖਲ ਕਰ, ਅਤੇ ਇਹ ਕਹਿ ਕਿ ਮੇਰੇ ਵੱਡੇ ਡਾਕਟਰ ਸਾਹਿਬ ਆਉਣ ਵਾਲੇ ਨੇ ਅਤੇ ਉਹ ਆ ਕੇ ਦੇਖਣਗੇ ਕੀ ਗੱਲ ਹੈ। ਤੂੰ ਇਹ ਕਿਵੇਂ ਕਹਿ ਦਿੱਤਾ, ਫਲਾਣੇ ਡਾਕਟਰ ਦਾ ਰੈਫਰ ਕੀਤਾ ਹੋਇਆ ਪੇਸ਼ੈਂਟ, ਤੂੰ ਇਹ ਕਿਵੇਂ ਕਹਿ ਦਿੱਤਾ? ਹੂ ਆਰ ਯੂ ਟੂ ਸੇ ਦੈਟ ਐਵਰੀਥਿੰਗ ਓਕੇ, ਇਹ ਠੀਕ ਹੈ, ਤੂੰ ਪੇਸ਼ੈਂਟ ਨੂੰ ਰਿਵਰਸ ਕਰ ਰਿਹਾ, ਮਤਲਬ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਯੂਨੀਅਨ ਡਾਕਟਰ ਵਿਚਾਰਾ ਮਿੰਨਤਾਂ ਕਰ ਰਿਹਾ, ਕਿਉਂ ਮਤਲਬ ਉਹ ਕਹਿ ਰਿਹਾ ਨਹੀਂ ਜੀ ਨਹੀਂ, ਮੈਂ ਦਾਖਲ ਕਰ ਲਿਆ ਬੱਚਾ। ਅਤੇ ਅਗਲੀ ਕਹਾਣੀ ਇਹ ਹੈ ਕਿ ਉਹ ਵਿਅਕਤੀ ਜਦੋਂ ਬੱਚੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ, ਤਾਂ ਉਹਨੂੰ ਕਿਹਾ ਜਾਂਦਾ ਕਿ 5,000 ਰੁਪਇਆ ਜਮ੍ਹਾਂ ਕਰੋ। ਬਾਰਗੇਨਿੰਗ ਹੁੰਦੀ ਹੈ, ਉਸ ਤੋਂ ਬਾਅਦ ਰੌਲਾ ਪੈਂਦਾ, ਰੌਲਾ ਪੈਂਦਾ, ਉਹ ਵਿਅਕਤੀ ਇਹ ਕਹਿ ਰਿਹਾ ਆਪਣੀ ਆਡੀਓ 'ਚ ਕਿ ਮੈਂ 1,000 ਰੁਪਇਆ ਦੇ ਕੇ ਉੱਥੋਂ ਖਹਿੜਾ ਛਡਵਾ ਕੇ ਆਇਆ। ਇਹ ਕਿਸੇ ਇੱਕ ਹਸਪਤਾਲ ਦੀ ਕਹਾਣੀ ਨਹੀਂ ਹੈ, ਅੱਜ ਕੱਲ੍ਹ ਆਪਾਂ ਸਾਰੇ ਜਾਣਦੇ ਹਾਂ ਮੋਸਟਲੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇੱਕੋ ਚੀਜ਼ ਨੂੰ ਮੁੱਖ ਰੱਖਿਆ ਜਾਂਦਾ ਹੈ ਕਿ ਜਿਹੜਾ ਪੇਸ਼ੈਂਟ ਇੱਕ ਵਾਰ ਹਸਪਤਾਲ ਆ ਗਿਆ, ਇਹਦੇ ਕੋਲੋਂ ਵੱਧ ਤੋਂ ਵੱਧ ਪੈਸੇ ਕਿਵੇਂ ਵਸੂਲੇ ਜਾ ਸਕਦੇ ਆ। ਇਹ ਘਟਨਾ ਇਹ ਜ਼ਾਹਰ ਕਰਦੀ ਹੈ ਕਿ ਡਾਕਟਰ ਦੇ ਕੋਲ ਜਾਣਾ ਕਿੰਨਾ ਖਤਰਨਾਕ ਹੋ ਗਿਆ ਇੱਕ ਆਮ ਆਦਮੀ ਲਈ। ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ, ਉਹ ਤੁਹਾਡੇ ਟੈਸਟ ਕਰਾਉਂਦਾ, ਰਿਪੋਰਟਾਂ ਇਸ ਕਿਸਮ ਦੀਆਂ ਆਉਂਦੀਆਂ, ਤੁਹਾਨੂੰ ਕਿਹਾ ਜਾਂਦਾ ਦਾਖਲ ਹੋ ਜਾਓ, ਅਤੇ ਉਸ ਤੋਂ ਬਾਅਦ ਵੱਡੇ ਵੱਡੇ ਬਿੱਲ ਜਿਹੜੇ ਆ ਉਹ ਬਣਾ ਕੇ ਤੁਹਾਨੂੰ ਦੇ ਦਿੱਤੇ ਜਾਂਦੇ ਆ। ਦੂਜਾ ਪਹਿਲੂ ਕੀ ਆ ਇਸ ਘਟਨਾ ਦਾ, ਇਸ ਵੀਡੀਓ ਜ਼ਿਕਰ ਕਰਨ ਤੋਂ ਮਤਲਬ ਇਹ ਹੈ ਕਿ ਇਸ ਸਾਰੇ ਕਹਿਣ ਦਾ ਦੂਸਰਾ ਪਹਿਲੂ ਇਹ ਹੈ ਕਿ ਪਿਛਲੇ ਲਗਭਗ 6 ਮਹੀਨਿਆਂ ਤੋਂ ਮੈਂ ਬਹੁਤ ਸਾਰੀਆਂ ਵੀਡੀਓਜ਼ ਆਪਣੇ ਯੂਟਿਊਬ ਚੈਨਲ 'ਤੇ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਤੁਸੀਂ ਦੇਖੀਆਂ ਹੋਣਗੀਆਂ। ਦੂਸਰਾ ਪਹਿਲੂ ਇਹ ਹੈ ਕਿ ਬਿਨਾਂ ਕਿਸੇ ਡਾਕਟਰ ਦੀ ਮਦਦ ਤੋਂ ਅਤੇ ਬਿਨਾਂ ਦਵਾਈਆਂ ਦੀ ਮਦਦ ਤੋਂ
ਤੰਦਰੁਸਤ ਜ਼ਿੰਦਗੀ ਜੀਵੀ ਜਾ ਸਕਦੀ ਹੈ। ਤੰਦਰੁਸਤ ਰਹਿਣਾ ਕੋਈ ਬਹੁਤ ਵੱਡੀ ਸਾਇੰਸ ਨਹੀਂ ਹੈ, ਕੋਈ ਬਹੁਤ ਵੱਡਾ ਵਿਗਿਆਨ ਨਹੀਂ ਹੈ, ਅਤੇ ਲਈ ਕੋਈ ਬਹੁਤ ਵੱਡੀ ਪੜ੍ਹਾਈ ਕਰਨ ਦੀ ਜਾਂ ਬਹੁਤ ਵੱਡੀ ਡਿਗਰੀ ਲੈਣ ਦੀ ਜ਼ਰੂਰਤ ਨਹੀਂ ਹੈ। ਸਿਰਫ ਆਪਣੇ ਸਰੀਰ ਦੇ ਸਿਸਟਮ ਨੂੰ ਸਮਝਣ ਦੀ ਜ਼ਰੂਰਤ ਹੈ ਜਾਂ ਕੋਮਨ ਸੈਂਸ ਦੀ ਜ਼ਰੂਰਤ ਹੈ। ਕੋਮਨ ਸੈਂਸ ਭਾਵ ਅਸੀਂ ਬਹੁਤ ਸਾਰੇ ਮਾਮਲਿਆਂ 'ਚ ਆਪਣੀ ਕੋਮਨ ਸੈਂਸ ਦਾ ਵੀ ਇਸਤੇਮਾਲ ਨਹੀਂ ਕਰਦੇ। ਤੁਸੀਂ ਦੇਖਦੇ ਹੋ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮੈਂ ਠੀਕ ਹਾਂ ਜੀ, ਦਵਾਈਆਂ ਖਾ ਰਹੇ ਹਾਂ, ਠੀਕ ਹਾਂ। ਲੇਕਿਨ ਮੇਰਾ ਕਹਿਣਾ ਹੈ ਕਿ ਅਗਰ ਤੁਸੀਂ ਠੀਕ ਹੋ ਰਹੇ ਹੋ, ਦਵਾਈਆਂ ਖਾ ਕੇ ਅਗਰ ਤੁਸੀਂ ਠੀਕ ਹੋ ਰਹੇ ਹੋ, ਤਾਂ ਦਵਾਈਆਂ ਦੀ ਮਾਤਰਾ ਕਦੀ ਵੀ ਵਧਣੀ ਨਹੀਂ ਚਾਹੀਦੀ। ਜਦਕਿ ਹਮੇਸ਼ਾ ਹੀ ਇਹ ਹੋ ਰਿਹਾ, ਮਰੀਜ਼ ਸ਼ੂਗਰ ਦਾ, ਚਾਹੇ ਬਲੱਡ ਪ੍ਰੈਸ਼ਰ ਦਾ, ਚਾਹੇ ਉਹ ਕੈਂਸਰ ਦਾ, ਚਾਹੇ ਕਿਸੇ ਵੀ ਬਿਮਾਰੀ ਦਾ ਮਰੀਜ਼ ਹੈ, ਦਵਾਈ ਜਿਹੜੀ ਹੈ ਉਹ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ, ਜਿਉਂ ਜਿਉਂ ਬੰਦੇ ਦੀ ਉਮਰ ਵੱਧਦੀ ਜਾਂਦੀ ਹੈ, ਦਵਾਈ ਦੀ ਮਾਤਰਾ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾਂਦੀ ਹੈ। ਤੁਸੀਂ ਕਿਸੇ ਵੀ ਮਰੀਜ਼ ਨੂੰ ਪੁੱਛ ਕੇ ਦੇਖ ਲਓ, ਜੇ ਤੁਸੀਂ ਖੁਦ ਮਰੀਜ਼ ਹੋ ਤਾਂ ਇਸ ਗੱਲ ਦਾ ਪਿਛਲ ਝਾਤ ਮਾਰ ਕੇ ਦੇਖੋ ਆਪਣੀ ਜ਼ਿੰਦਗੀ 'ਤੇ। ਜਾਂ ਤੁਹਾਡੇ ਨੇੜੇ ਤੇੜੇ ਕੋਈ ਮਰੀਜ਼ ਹੈ ਤਾਂ ਉਹਨੂੰ ਪੁੱਛ ਕੇ ਦੇਖੋ ਕਿ ਜਦੋਂ ਸ਼ੁਰੂਆਤ ਹੋਈ ਸੀ ਤੇਰੇ ਇਲਾਜ ਦੀ, ਤੂੰ ਕਿੰਨੀਆਂ ਦਵਾਈਆਂ, ਕਿੰਨੀਆਂ ਗੋਲੀਆਂ ਖਾਂਦਾ ਸੀ। ਅਤੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਜਿਉਂ ਜਿਉਂ ਸਮਾਂ ਬੀਤ ਰਿਹਾ, ਉਹਦੀਆਂ ਦਵਾਈਆਂ ਦੀ ਗਿਣਤੀ ਵੱਧਦੀ ਜਾਂਦੀ ਹੈ, ਦਵਾਈਆਂ ਦੀ ਮਾਤਰਾ ਵੱਧਦੀ ਜਾਂਦੀ ਹੈ। ਅਤੇ ਕੋਮਨ ਸੈਂਸ ਕੀ ਕਹਿੰਦੀ ਹੈ ਕਿ ਜੇ ਦਵਾਈਆਂ ਤੁਹਾਨੂੰ ਠੀਕ ਕਰ ਰਹੀਆਂ ਹੋਣ ਤਾਂ ਦਵਾਈਆਂ ਦੀ ਮਾਤਰਾ ਘਟਣੀ ਚਾਹੀਦੀ ਹੈ, ਵਧਣੀ ਨਹੀਂ ਚਾਹੀਦੀ। ਅਤੇ ਜੇ ਦਵਾਈਆਂ ਦੀ ਮਾਤਰਾ ਵੱਧ ਰਹੀ ਹੈ ਤਾਂ ਸਾਨੂੰ ਸਮਝ ਲੈਣੀ ਚਾਹੀਦੀ ਹੈ ਇਹ ਗੱਲ ਕਿ ਅਸੀਂ ਹੋਰ ਬਿਮਾਰ ਹੋ ਰਹੇ ਹਾਂ, ਦਵਾਈਆਂ ਸਾਨੂੰ ਹੋਰ ਬਿਮਾਰ ਕਰ ਰਹੀਆਂ ਨੇ, ਨਾ ਕਿ ਠੀਕ ਕਰ ਰਹੀਆਂ ਨੇ। ਇਹ ਥੋੜ੍ਹੀ ਜਿਹੀ ਲੰਬੀ ਹੋਏਗੀ ਵੀਡੀਓ, ਮੈਂ ਇਹਦੇ 'ਚ ਆਪਣਾ ਨਿੱਜੀ ਤਜਰਬਾ ਸਾਂਝਾ ਕਰਨਾ ਚਾਹੁੰਦਾ। ਮੈਂ ਪਿਛਲੀ ਇੱਕ ਵੀਡੀਓ 'ਚ ਵੀ ਇਹ ਗੱਲ ਕਹੀ ਸੀ ਕਿ ਮੇਰੀ ਸੋਚ ਵੀ ਇਹੀ ਹੁੰਦੀ ਸੀ। ਜਦੋਂ ਮੈਡੀਕਲ ਸਾਇੰਸ ਨੇ ਇੰਨੀਆਂ ਖੋਜਾਂ ਕੀਤੀਆਂ ਨੇ, ਇੰਨੀਆਂ ਦਵਾਈਆਂ ਦੀਆਂ ਕਾਢਾਂ ਕੱਢੀਆਂ ਨੇ, ਤਾਂ ਅਸੀਂ ਸਰੀਰ ਨੂੰ ਤਕਲੀਫ ਕਿਉਂ ਦਈਏ? ਆਮ ਲੋਕ, ਮੇਰਾ ਖਿਆਲ 95% ਲੋਕ ਇਹੀ ਸੋਚਦੇ ਨੇ, ਸਿਰ ਦੁਖਦਾ ਗੋਲੀ ਖਾ ਲਓ, ਗੋਡੇ 'ਚ ਦਰਦ ਹੁੰਦਾ ਦਵਾਈ ਲੈ ਲਓ, ਛੋਟੀ ਮੋਟੀ ਪ੍ਰੋਬਲਮ, ਨਜ਼ਲਾ, ਜ਼ੁਕਾਮ, ਖਾਂਸੀ ਹੁੰਦੀ ਹੈ, ਗੋਲੀ ਖਾਓ, ਦਵਾਈ ਖਾਓ ਅਤੇ ਠੀਕ ਰਹੋ। ਸਾਨੂੰ ਇਹ ਲੱਗਦਾ ਹੈ ਕਿ ਦਵਾਈਆਂ ਸਾਨੂੰ ਠੀਕ ਕਰਨ ਲਈ ਬਣੀਆਂ ਹੋਈਆਂ, ਲੇਕਿਨ ਉਲਟ ਇਹਦੇ ਸਾਰਾ ਕੁਛ ਉਲਟ ਹੋਇਆ। ਮੇਰੀ ਜ਼ਿੰਦਗੀ 'ਚ, ਮੈਂ ਆਪਣਾ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂ, ਤਾਂ ਮੇਰੀ ਜ਼ਿੰਦਗੀ 'ਚ ਮੇਰੀ ਸੋਚ 'ਚ ਪੂਰੀ ਤਰ੍ਹਾਂ ਬਦਲੀ ਹੈ। ਇੰਡੋ ਵੀਤਨਾਮ ਮੈਡੀਕਲ ਬੋਰਡ ਨਾਲ ਜਦੋਂ ਹੀ ਮੈਂ ਜੁੜਿਆ, ਜਦੋਂ ਹੀ ਮੈਂ ਐਜੂਕੇਸ਼ਨ ਲਈ ਹੈ, ਉਸ ਤੋਂ ਬਾਅਦ ਮੈਨੂੰ ਇਹ ਗੱਲ ਸਮਝ ਆਈ ਹੈ ਕਿ ਦਵਾਈ ਜਿਹੜੀ ਹੈ ਕਦੀ ਵੀ ਤੁਹਾਨੂੰ ਤੰਦਰੁਸਤ ਨਹੀਂ ਕਰ ਸਕਦੀ। ਜਿੰਨੀ ਦੇਰ ਤੁਸੀਂ ਦਵਾਈ ਖਾ ਰਹੇ ਹੋ, ਉੰਨੀ ਦੇਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤੰਦਰੁਸਤ ਹਾਂ। ਤੰਦਰੁਸਤੀ ਦਾ ਮਤਲਬ ਇੱਕੋ ਹੀ ਹੈ, ਜਦੋਂ ਤੁਸੀਂ ਕੋਈ ਵੀ ਦਵਾਈ ਨਹੀਂ ਲੈ ਰਹੇ ਫਿਰ ਵੀ ਠੀਕ ਠਾਕ ਜੀ ਰਹੇ ਹੋ, ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਤੰਦਰੁਸਤ ਜ਼ਿੰਦਗੀ ਜੀ ਰਹੇ ਹੋ। ਅਤੇ ਇਸ ਐਜੂਕੇਸ਼ਨ ਨੇ ਮੈਨੂੰ ਸਿਖਾਇਆ ਕਿ ਕਿਵੇਂ ਬਿਨਾਂ ਦਵਾਈਆਂ ਤੋਂ ਜ਼ਿੰਦਗੀ, ਤੰਦਰੁਸਤ ਜ਼ਿੰਦਗੀ ਜੀਵੀ ਜਾ ਸਕਦੀ ਹੈ। ਮੈਂ ਸ਼ਾਇਦ ਪਹਿਲਾਂ ਵੀ ਇੱਕ ਵੀਡੀਓ ਜ਼ਿਕਰ ਕੀਤਾ ਕਿ ਮੈਂ ਆਪਣੀ ਗੱਲ ਕਰਾਂ ਤਾਂ ਲਗਭਗ ਪਿਛਲੇ 20 ਸਾਲ ਤੋਂ ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਿਹਾ ਸੀ। ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਦੇ ਨਾਲ ਨਾਲ ਇੱਕ ਐਸੀਡਿਟੀ ਦੀ ਮੇਰੀ ਇੰਨੀ ਸਵੀਅਰ ਪ੍ਰੋਬਲਮ ਸੀ, ਇੰਨੀ ਗੰਭੀਰ ਸਮੱਸਿਆ ਸੀ ਐਸੀਡਿਟੀ ਦੀ, ਕਿ ਮੈਂ ਰੈਬੀਪੈਰਾਜ਼ੋਲ ਦੇ 2 ਕੈਪਸੂਲ ਰੋਜ਼ ਖਾਂਦਾ ਸੀ। ਗੱਲ ਸ਼ੁਰੂਆਤ ਹੋਈ ਸੀ, ਮੈਨੂੰ ਵੀ ਪਤਾ ਹੈ, ਜੈਂਟਿਕ ਵਰਗੀ ਇੱਕ ਛੋਟੀ ਜਿਹੀ ਗੋਲੀ ਤੋਂ ਸ਼ੁਰੂ ਹੋਈ ਸੀ। ਪਹਿਲਾਂ ਕਿਤੇ ਕਿਤੇ ਖਾਂਦਾ ਸੀ, ਫਿਰ ਰੋਜ਼ ਇੱਕ ਗੋਲੀ ਖਾਣ ਲੱਗ ਪਿਆ, ਫਿਰ ਰੋਜ਼ 2 ਗੋਲੀਆਂ, ਫਿਰ ਰੋਜ਼ 3 ਗੋਲੀਆਂ, ਫਿਰ ਓਮੇਪੈਰਾਜ਼ੋਲ, ਫਿਰ ਪੈਂਟਾਪੈਰਾਜ਼ੋਲ, ਫਿਰ ਰੈਬੀਪੈਰਾਜ਼ੋਲ ਦੇ 2 ਕੈਪਸੂਲ ਮੈਂ ਖਾ ਰਿਹਾ ਸੀ। ਬਲੱਡ ਪ੍ਰੈਸ਼ਰ ਦੀ ਦਵਾਈ ਦੇ ਨਾਲ ਨਾਲ ਐਸੀਡਿਟੀ ਲਈ ਦਵਾਈ, ਅਤੇ ਉਹਦੇ ਨਾਲ ਮੇਰੀ ਸ਼ੂਗਰ ਜਿਹੜੀ ਹੈ ਉਹਦਾ ਲੈਵਲ ਵੀ ਹਾਈ ਹੋਣਾ ਸ਼ੁਰੂ ਹੋ ਗਿਆ ਸੀ। ਅਤੇ ਸ਼ੂਗਰ ਲਈ ਮੈਨੂੰ ਡਾਇਨੋਮ ਐਮ ਦਿੱਤੀ ਗਈ ਸੀ,
ਜਿਹੜੀ ਕਿ ਮੈਂ ਬਹੁਤ ਥੋੜ੍ਹਾ ਸਮਾਂ ਖਾਧੀ। ਮੈਨੂੰ ਜਦੋਂ ਇਹ ਸਿਸਟਮ ਬਾਰੇ ਪਤਾ ਲੱਗਿਆ ਕਿ ਖੁਰਾਕ ਨਾਲ ਠੀਕ ਹੋ ਸਕਦਾ ਵਿਅਕਤੀ, ਕੁਛ ਖਾਸ ਤਰ੍ਹਾਂ ਦਾ ਖਾਣਾ ਖਾਣ ਨਾਲ ਤੁਹਾਡੀਆਂ ਸਾਰੀਆਂ ਦਵਾਈਆਂ ਛੱਡੀਆਂ ਜਾ ਸਕਦੀਆਂ ਨੇ, ਤਾਂ ਮੈਂ ਡੇ ਫਸਟ ਤੋਂ ਮੈਂ ਆਪਣੀ ਪੂਰੀ ਫੈਮਿਲੀ ਨੂੰ ਇਸ ਡਾਈਟ 'ਤੇ ਸ਼ੁਰੂ ਕੀਤਾ। ਅਤੇ ਤੁਸੀਂ ਯਕੀਨ ਕਰਿਓ ਕਿ ਉਹ ਜਿਹੜਾ ਕੈਪਸੂਲ ਮੈਂ ਇੱਕ ਦਿਨ 'ਚ ਦੋ ਖਾਂਦਾ ਸੀ, ਜਿਸ ਦਿਨ ਦੀ ਮੈਂ ਡਾਈਟ ਸ਼ੁਰੂ ਕੀਤੀ ਇੱਕ ਵੀ ਕੈਪਸੂਲ ਖਾਣ ਦੀ ਜ਼ਰੂਰਤ ਮੈਨੂੰ ਨਹੀਂ ਪਈ। ਮੇਰੀ ਐਸੀਡਿਟੀ ਸਮੱਸਿਆ ਪਹਿਲੇ ਦਿਨ ਤੋਂ ਠੀਕ ਹੋ ਗਈ। ਬਲੱਡ ਪ੍ਰੈਸ਼ਰ ਦੀ ਦਵਾਈ ਪਹਿਲੇ ਦਿਨ ਤੋਂ ਹੀ ਮੈਂ ਅਤੇ ਮੇਰੀ ਵਾਈਫ ਨੇ ਦੋਨਾਂ ਨੇ ਪਹਿਲੇ ਦਿਨ ਤੋਂ ਹੀ ਬੰਦ ਕਰ ਦਿੱਤੀ ਹੈ। ਸਾਡਾ ਬਲੱਡ ਪ੍ਰੈਸ਼ਰ ਨੋਰਮਲ ਰੇਂਜ 'ਚ। ਅਤੇ ਸ਼ੂਗਰ ਦੀ ਗੱਲ ਕਰਾਂ ਤਾਂ ਸ਼ੂਗਰ ਜਿਹੜੀ ਹੈ ਉਹ ਮੇਰੀ ਮੈਂ ਕੁਛ ਦਿਨ ਪਹਿਲਾਂ ਚੈੱਕ ਕੀਤੀ ਸੀ, ਖਾਲੀ ਪੇਟ 95 ਆਈ ਸੀ। ਮਤਲਬ ਮੈਨੂੰ ਲੋੜ ਹੀ ਨਹੀਂ ਪੈਂਦੀ, ਮੈਂ ਕਦੀ ਚੈੱਕ ਨਹੀਂ ਕਰਦਾ ਨਾ ਬਲੱਡ ਪ੍ਰੈਸ਼ਰ ਨਾ ਸ਼ੂਗਰ, ਕਿਉਂਕਿ ਇਸ ਸਿਸਟਮ ਨੇ ਸਿਖਾਇਆ ਕਿ ਜਦੋਂ ਤੱਕ ਤੁਹਾਡੀ ਬੋਡੀ ਕੋਈ ਸਿਮਟਮ ਨਹੀਂ ਦਿੰਦੀ, ਤੁਹਾਡਾ ਸਰੀਰ ਤੁਹਾਨੂੰ ਕੁਛ ਨਹੀਂ ਦੱਸ ਰਿਹਾ, ਉਦੋਂ ਤੱਕ ਕਿਸੇ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਸ਼ੂਗਰ ਚੈੱਕ ਕਰਨਾ ਜਾਂ ਕੋਈ ਵੀ ਟੈਸਟ ਕਰਾਉਣਾ ਕੋਈ ਸਿਆਣਪ ਜਾਂ ਸਮਝਦਾਰੀ ਨਹੀਂ ਹੈ। ਇਸ ਲਈ ਮੈਂ ਇਸ ਵੀਡੀਓ 'ਚ ਇਹੀ ਸੁਨੇਹਾ ਤੁਹਾਨੂੰ ਦੇਣਾ ਚਾਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਮੇਰੀ ਜ਼ਿੰਦਗੀ 'ਚ ਇੱਕ ਬਦਲਾਵ ਆਇਆ, ਮੇਰੇ ਇਕੱਲੇ ਦੀ ਨਹੀਂ ਮੇਰੀ ਪੂਰੀ ਫੈਮਿਲੀ ਦੀ ਜ਼ਿੰਦਗੀ 'ਚ ਬਦਲਾਵ ਆਇਆ। ਤੁਸੀਂ ਯਕੀਨ ਕਰੋ ਕਿ ਹਰ ਮਹੀਨੇ ਇੱਕ ਹੋਲਸੇਲ ਵਾਲੀ ਦੁਕਾਨ ਤੋਂ ਮੈਂ ਲਿਫਾਫਾ ਭਰ ਕੇ ਦਵਾਈਆਂ ਦਾ ਲਿਆਇਆ ਕਰਦਾ ਸੀ ਪੂਰੀ ਫੈਮਿਲੀ ਲਈ। 2000 ਤੋਂ ਉੱਪਰ ਦਾ ਖਰਚਾ ਜਿਹੜਾ ਲਗਭਗ ਦਵਾਈਆਂ ਦਾ ਹਰ ਮਹੀਨੇ ਸੀ ਮੇਰੇ ਫੈਮਿਲੀ ਦਾ, ਜਿਹੜਾ ਕਿ ਅੱਜ 0 ਹੋ ਚੁੱਕਿਆ। ਪਿਛਲੇ 6 ਮਹੀਨਿਆਂ 'ਚ ਮੈਂ ਕਦੀ ਮੈਡੀਕਲ ਸਟੋਰ 'ਤੇ ਵੀ ਨਹੀਂ ਗਿਆ। ਮਤਲਬ ਕੋਈ ਦਵਾਈ, ਅਸੀਂ 3 ਮੈਂਬਰ, ਮੈਂ, ਵਾਈਫ ਅਤੇ ਬੇਟਾ, ਤਿੰਨਾਂ ਨੇ ਅਸੀਂ ਪਿਛਲੇ 6 ਮਹੀਨਿਆਂ 'ਚ ਇੱਕ ਵੀ ਗੋਲੀ ਖਾ ਕੇ ਨਹੀਂ ਦੇਖੀ, ਨਾ ਹੀ ਸਾਨੂੰ ਜ਼ਰੂਰਤ ਮਹਿਸੂਸ ਹੋਈ। ਅਤੇ ਮੇਰਾ ਮੈਸੇਜ ਤੁਹਾਨੂੰ ਇਹੀ ਹੈ ਕਿ ਆਓ ਆਪਾਂ ਇਸ ਡਾਈਟ ਬਾਰੇ ਜਾਣੀਏ, ਆਓ ਆਪਾਂ ਤੰਦਰੁਸਤੀ ਦੇ ਇਸ ਰਾਜ ਬਾਰੇ ਜਾਣੀਏ। ਮੈਂ ਆਪਣਾ ਨੰਬਰ ਤੁਹਾਨੂੰ ਦੱਸਣ ਜਾ ਰਿਹਾ, 92-500-12-13-157, 92-500-12-13-157। ਤੁਸੀਂ ਇਹਦੇ ਬਾਰੇ ਕੋਈ ਵੀ ਡਿਸਕਸ਼ਨ ਕਰ ਸਕਦੇ ਹੋ, ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਲੈ ਸਕਦੇ ਹੋ। ਬਹੁਤ ਜਲਦੀ ਅਸੀਂ ਇੱਕ ਟ੍ਰੇਨਿੰਗ ਸ਼ੁਰੂ ਕਰਨ ਜਾ ਰਹੇ ਹਾਂ, ਉਸ ਟ੍ਰੇਨਿੰਗ ਦੇ ਵਿੱਚ ਕੋਸ਼ਿਸ਼ ਕਰਾਂਗੇ ਸਾਰੇ ਲੋਕਾਂ ਨੂੰ ਇਹ ਸਿਖਾਉਣ ਦੀ ਕਿ ਕਿਵੇਂ ਦਵਾਈਆਂ ਤੋਂ ਬਿਨਾਂ ਜਾਂ ਡਾਕਟਰਾਂ ਦੀ ਮਦਦ ਤੋਂ ਬਿਨਾਂ ਤੰਦਰੁਸਤ ਰਿਹਾ ਜਾ ਸਕਦਾ। ਬੇਨਤੀ ਹੈ ਕਿ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਅਤੇ ਬਹੁਤ ਜਲਦੀ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਸ਼ੇਅਰ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਸੁਣ ਕੇ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਇਲਾਜ ਆਪ ਖੁਦ ਕਰਨ ਦੇ ਕਾਬਲ ਹੋ ਸਕਦੇ ਹੋ। ਇਸ ਵੀਡੀਓ ਨੂੰ ਅਗਰ ਚੰਗੀ ਲੱਗਦੀ ਹੈ, ਅਗਰ ਜਾਣਕਾਰੀ ਭਰਪੂਰ ਲੱਗੀ, ਤੁਹਾਨੂੰ ਜ਼ਰੂਰ ਆਪਣੇ ਉਹਨਾਂ ਖਾਸ ਲੋਕਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਦਾ ਭਲਾ ਚਾਹੁੰਦੇ ਹੋ ਤੁਸੀਂ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਹਸਪਤਾਲਾਂ ਦੀ ਇਸ ਲੁੱਟ ਤੋਂ ਬਚ ਸਕਣ, ਦਵਾਈਆਂ ਦੇ ਇਸ ਮਹਿੰਗੇ ਖਰਚੇ ਤੋਂ ਬਚ ਸਕਣ। ਖਰਚਾ ਇੱਕ ਚੀਜ਼ ਹੈ, ਉਹ ਖਰਚਾ ਕਰਨ ਦੇ ਬਾਵਜੂਦ ਵੀ ਕੀ ਸਾਨੂੰ ਸਿਹਤ ਮਿਲ ਰਹੀ ਹੈ? ਖਰਚਾ ਕਰਨ ਦੇ, ਦਵਾਈਆਂ 'ਤੇ ਖਰਚਾ ਕਰਨ ਦੇ ਬਾਵਜੂਦ ਵੀ ਕੀ ਅਸੀਂ ਤੰਦਰੁਸਤ ਹੋ ਰਹੇ ਹਾਂ ਕਿ ਨਹੀਂ, ਸਵਾਲ ਇਹ ਹੈ। ਜੇ ਦਵਾਈਆਂ ਖਾਣ ਦੇ ਬਾਵਜੂਦ ਵੀ ਅਸੀਂ ਤੰਦਰੁਸਤ ਨਹੀਂ ਹੋ ਰਹੇ ਤਾਂ ਫਿਰ ਉਸ ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਆਓ ਆਪਾਂ ਫੂਡ ਐਜ ਮੈਡੀਸਨ ਸਿਸਟਮ ਨੂੰ ਸਮਝੀਏ ਅਤੇ ਆਪਣੇ ਖਾਣੇ ਨੂੰ ਹੀ ਇਸੇ ਤਰ੍ਹਾਂ ਖਾਈਏ ਜਾਂ ਇਸ ਤਰ੍ਹਾਂ ਦਾ ਖਾਣਾ ਖਾਈਏ ਜਿਹਦੇ ਨਾਲ ਅਸੀਂ ਦਵਾਈਆਂ ਤੋਂ ਬਚ ਸਕੀਏ ਅਤੇ ਹਸਪਤਾਲਾਂ ਦੀ ਲੁੱਟ ਤੋਂ ਬਚ ਸਕੀਏ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।